ਹਵਾ ਗੂੰਜਦੀ ਥਾਂ ਥਾਂ ਆਖਦੀ ਸੀ, ਲੋਕੋ ਜੱਗ ਚੋਂ ਜ਼ੁਲਮ ਮਿਟਾਏਗਾ ਏ, ਲੋਕ ਜਿਨ੍ਹਾਂ ਨੂੰ ਸੁਣ ਨਹੀਂ ਕੋਲ ਦਿੰਦੇ, ਚੁੱਕ ਕੇ ਨਾਲ ਗਲੇ ਦੇ ਲਾਏਗਾ ਏ। ਪੀਰ ਗੁਰੂ ਸੂਰਾ ਜੋਧਾ ਭਗਤ ਦਾਨੀਓ, ਪੀਰ ਗੁਰੂ ਸੂਰਾ ਜੋਧਾ ਭਗਤ ਦਾਨੀ, ਕਹਿ ਕੇ ਜੱਗ ਵਿੱਚ ਪੂਜਿਆ ਜਾਏਗਾ ਏ। ਗਲੋਂ ਲਾ ਕੇ ਸੰਗਲ ਗੁਲਾਮੀਆਂ ਦੇ, ਗਲੋਂ ਲਾ ਕੇ ਸੰਗਲ ਗੁਲਾਮੀਆਂ ਦੇ, ਭਾਰਤ ਵਰਸ ਆਜ਼ਾਦ ਕਰਾਏਗਾ ਏ। ਭਾਰਤ ਵਰਸ ਆਜ਼ਾਦ ਕਰਾਏਗਾ ਏ। ਬਾਜਾਂ ਵਾਲੇ ਦੀ ਜੀਵਨਾ ਸਿਫਤ ਕਰਨੀ, ਜਿਵੇਂ ਅਰਸ਼ ਤੋਂ ਤੋੜਨਾ ਤਾਰਿਆਂ ਨੂੰ, ਉਹਨਾਂ ਚੁੱਕ ਕੇ ਗਲੇ ਦੇ ਨਾਲ ਲਾਇਆ, ਸਾਨੂੰ ਸਦੀਆਂ ਦੇ ਦੁਖਿਆਰਿਆਂ ਨੂੰ, ਬਾਦਸ਼ਾਹਾਂ ਦੇ ਤੋਲਾ ਬਿਠਾ ਦਿੱਤਾ, ਸ਼ੂਦਰ ਨੀਚ ਕੈ ਸਾਨੂੰ ਦਰਕਾਰਿਆਂ ਨੂੰ, ਲੋਕ ਰਾਜ ਦੀ ਉਹਨਾਂ ਨੇ ਨੀਂਹ ਰੱਖੀ, ਅੰਮ੍ਰਿਤ ਬਖਸ਼ ਕੇ ਪਿਆਰਿਆਂ ਨੂੰ, ਅੰਮ੍ਰਿਤ ਬਖਸ਼ ਕੇ ਪਿਆਰਿਆਂ ਨੂੰ, ਜਿੰਨੇ ਹਰ ਦਮ ਪੂਜਿਆ ਅਕਾਲ ਨੂੰ, ਜਿੰਨੇ ਹਰ ਦਮ ਪੂਜਿਆ ਅਕਾਲ ਨੂੰ, ਸਿਰ ਚੁੱਕਦਾ ਏ ਗੁਜਰੀ ਦਲਾਲ ਨੂੰ, ਸਿਰ ਝੁਕਦਾ ਏ ਗੁਜਰੀ ਦਲਾਲ ਨੂੰ, ਤਨ ਕੁਰਬਾਨੀਆਂ ਦਾਤਿਆ ਸ਼ੈਨ ਸ਼ਾਹ, ਕੋਈ ਨਾ ਤੇਰਾ ਸਾਨੀਆਂ ਜੀ ਪੁੱਤਰਾਂ ਦੇ ਦਾਨੀਆਂ, ਏ ਬਾਪੂ ਦਿੱਲੀ ਵੱਲੇ ਹੱਸ ਹੱਸ ਤੋਰਿਆ, ਬਾਪੂ ਦਿੱਲੀ ਵੱਲੇ ਹੱਸ ਹੱਸ ਤੋਰਿਆ, ਏ ਜਦੋਂ ਵੇਖੇ ਸੀ ਤੂੰ ਰੋਂਦੇ ਕਮਜ਼ੋਰਿਆ, ਜਦੋਂ ਵੇਖੇ ਸੀ ਤੂੰ ਰੋਂਦੇ ਕਮਜ਼ੋਰਿਆ, ਏ ਕੀਤੀ ਮਿਹਰਬਾਨੀਆਂ, ਕੀਤੀ ਮਿਹਰਬਾਨੀਆਂ, ਦਾਤਿਆ ਸ਼ੈਨ ਸ਼ਾਹ, ਕੋਈ ਨਾ ਤੇਰਾ ਸਾਨੀਆਂ ਜੀ ਪੁੱਤਰਾਂ ਦੇ ਦਾਨੀਆਂ, ਪੁੱਤ ਲਾਡਲੇ ਕਹਾਲੇ ਸਾਵੇਂ ਅੱਖਾਂ ਦੇ, ਪੁੱਤ ਲਾਡਲੇ ਕੁਹਾਰੇ ਸਾਵੇਂ ਅੱਖਾਂ ਦੇ, ਪੁੱਤ ਲਾਡਲੇ ਕੁਹਾਰੇ ਸਾਵੇਂ ਅੱਖਾਂ ਦੇ, ਏ ਦੁੱਖ ਚੱਲ ਕੇ, ਦੁੱਖ ਚੱਲ ਕੇ ਵੰਡਾਲੇ ਦੁੱਖ ਲੱਖਾਂ ਦੇ, ਦੁੱਖ ਚੱਲ ਕੇ ਵੰਡਾਲੇ ਦੁੱਖ ਲੱਖਾਂ ਦੇ, ਲਾਉਣ ਲਈ ਗੁਲਾਮੀਆਂ ਦਾਤਿਆ ਸ਼ੈਨ ਸ਼ਾਹ, ਕੋਈ ਨਾ ਤੇਰਾ ਸਾਨੀਆਂ ਜੀ ਪੁੱਤਰਾਂ ਦੇ ਦਾਨੀਆਂ, ਛੋਟੇ ਵਾਲ ਦੋਵੇਂ ਤਾਰੇ ਮੂਨ ਬਾ
ਛੋਟੇ ਲਾਲ ਦੋਵੇਂ ਤਾਰ ਮਨ ਬਾ ਗਏ, ਛੋਟੇ ਲਾਲ ਦੋਵੇਂ ਤਾਰ ਮਨ ਬਾ ਗਏ, ਇਹ ਆਪਾ ਹੱਸ ਹੱਸ ਕੰਧਾਂ ਚੇਤਣਾ ਗਏ, ਆਪਾ ਹੱਸ ਹੱਸ ਕੰਧਾਂ ਚੇਤਣਾ ਗਏ, ਤੂੰ ਰੱਖੀ ਨਾ ਨਿਸ਼ਾਨੀਆਂ, ਰੱਖੀ ਨਾ ਨਿਸ਼ਾਨੀਆਂ, ਦਾਤਿਆ ਸ਼ੈਨ ਸ਼ਾਹ ਕੋਈ ਨਾ ਤੇਰਾ ਸਾਨੀਆਂ ਜੀ ਪੁੱਤਰਾਂ ਦੇ ਦਾਨੀਆਂ, ਮਾਤਾ ਗੁਜ਼ਰੀ ਮਾਤਾ ਗੁਜ਼ਰੀ ਧਰਮ ਲੈ ਕੇ ਲਾ ਦਿੱਤੀ, ਮਾਤਾ ਗੁਜ਼ਰੀ ਧਰਮ ਲੈ ਕੇ ਲਾ ਦਿੱਤੀ, ਏ ਦੁਖੀ ਦੇਸ਼ ਵਾਲੀ ਆਬਰੂ ਬਚਾ ਦਿੱਤੀ, ਦੁਖੀ ਦੇਸ਼ ਵਾਲੀ ਆਬਰੂ ਬਚਾ ਦਿੱਤੀ, ਤੂੰ ਪੰਥ ਦੇ ਆਬਾਨੀਆਂ ਪੰਥ ਦੇ ਆਬਾਨੀਆਂ, ਦਾਤਿਆ ਸ਼ੈਨ ਸ਼ਾਹ ਕੋਈ ਨਾ ਤੇਰਾ ਸਾਨੀਆਂ ਜੀ ਪੁੱਤਰਾਂ ਦੇ ਦਾਨੀਆਂ, ਧੰਨ ਜਿਗਰਾ ਧੰਨ ਜਿਗਰਾਏ ਮੌਜੀ ਆਦ ਤਾਰਦਾ, ਇਹ ਸੁੱਤਾ ਕੰਡਿਆਂ ਤੇ ਸ਼ੁਕਰ ਗੁਜ਼ਾਰਦਾ, ਸੁੱਤਾ ਕੰਡਿਆਂ ਤੇ ਸੁੱਤਾ ਰੋੜਾਂ ਉੱਤੇ ਸੁੱਤਾ ਸੂਲਾਂ ਉੱਤੇ ਸ਼ੁਕਰ ਗੁਜ਼ਾਰਦਾ, ਕੰਡਿਆਂ ਤੇ ਸ਼ੁਕਰ ਗੁਜ਼ਾਰਦਾ, ਕੋਈ ਨਾ ਤੇਰਾ ਸਾਨੀਆਂ ਕੋਈ ਨਾ ਤੇਰਾ ਸਾਨੀਆਂ, ਦਾਤਿਆ ਸ਼ੈਨ ਸ਼ਾਹ ਕੋਈ ਨਾ ਤੇਰਾ ਸਾਨੀਆਂ ਜੀ ਪੁੱਤਰਾਂ ਦੇ ਦਾਨੀਆਂ, ਜੀ ਪੁੱਤਰਾਂ ਦੇ ਦਾਨੀਆਂ, ਜੀ ਪੁੱਤਰਾਂ ਦੇ ਦਾਨੀਆਂ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਹਿਬ ਸੰਗਤ ਜੀ, ਆਓ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ, ਜੋ ਸਿੱਖੀ ਦਾ ਸੱਚਾ ਅਤੇ ਸੁੱਚਾ ਸਿਧਾਂਤ ਹੈ। ਸਰਬੱਤ ਸੰਗਤਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਹਿੰਦੁਸਤਾਨ ਦੀ ਮੰਨੀ ਹੋਈ ਕੰਪਨੀ MMC ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਪੇਸ਼ ਕਰ ਰਹੇ ਨੇ ਕਵੀਸ਼ਰੀ ਦੇ ਬਾਬਾ ਬੋਰਡ ਗਿਆਨੀ ਜੋਗਾ ਸਿੰਘ ਜੋਗੀ ਸਾਹਿਬ ਦੇ ਸ਼ਗਿਰਦ ਕਵੀਸ਼ਰ ਕੇਵਲ ਸਿੰਘ ਮਹਿਤਾ, ਨਾਲ ਦੇ ਸਾਥੀ ਰਣਜੀਤ ਸਿੰਘ ਮੱਖਣਵਿੰਡੀ ਔਰ ਰਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ, ਸਕੇ ਭਾਈ ਦਦੇਰ ਸਾਹਬੀਆਂ ਦੀ ਜੋੜੀ ਆਪ ਜੀ ਦੀ ਸੇਵਾ ਵਿੱਚ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਲਾਲ ਸਿੰਘ ਦੀ ਢਾਲ ਦੀ ਕਿਵੇਂ ਪਰਖ ਕਰਦੇ ਨੇ, ਇਹ ਪ੍ਰਸੰਗ ਲੈ ਕੇ ਹਾਜ਼ਰ ਹੈ। ਦਸਮ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਨੇ, ਆਉਂਦੀਆਂ ਸੰਗਤਾਂ ਭਟਾਵਾਂ ਲੈ ਕੇ ਗੁਰਦੇਵ ਦੇ ਚਰਨਾਂ ਵਿੱਚ ਹਾਜ਼ਰ ਹੁੰਦੀਆਂ ਅਤੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀਆਂ। ਕਲਗੀ ਵਾਲੇ ਗੁਰਦੇਵ ਦਾ ਸੱਜ ਰਿਹਾ ਸੋਨਾ ਦਰਬਾਰ ਸੀ, ਉਹ ਤਖ਼ਤ 'ਤੇ ਬੈਠੀ ਸਾਹਮਣੇ ਖੁਦ ਆਪ ਸੱਚੀ ਸਰਕਾਰ ਸੀ, ਉਹਨਾਂ ਦੇ ਆਸੇ ਪਾਸੇ ਸਿੰਘ ਸਨ ਜਿਉਂ ਚੰਦ ਗਿਰਦੇ ਪਰਿਵਾਰ ਸੇ, ਸੀਸ 'ਤੇ ਕਲਗੀ ਸੋਭ ਦੀ ਅਤੇ ਅਣਖਾਂ ਭਰੀ ਨਿਹਾਰ ਸੇ, ਮੱਥੇ 'ਤੇ ਚਮਕਣ ਬਿਜਲੀਆਂ ਉਹ ਰੱਬ ਦਾ ਨਿਰਾ ਦੀਦਾਰ ਸੀ, ਨੈਣਾਂ 'ਚੋਂ ਡੁੱਲਦੀਆਂ ਮਸਤੀਆਂ ਪਏ ਪੀਂਦੇ ਸਭ ਨਰਨਾਰ ਸੀ, ਮੋਢੇ 'ਤੇ ਭੱਥਾ ਬੂਸਿਆ ਅਣਿਆਲੇ ਵਿੱਚ
ਹਯਾਰ ਸੇ ਉਹਨਾਂ ਦੇ ਹੱਥ 'ਤੇ ਬੈਠਾ ਬਾਸ ਸੇ ਜਿਹਦੀ ਜੱਗੋਂ ਵੱਧ ਅਡਾਰ ਸੇ ਫੱਬ ਰਹੇ ਮਸ਼ਹਿਰੇ ਕੁੰਡਲੇ ਅਤੇ ਸੀਸ 'ਤੇ ਦੋਹਰੀ ਦਸਤਾਰ ਸੀ ਗਲ ਪਾਇਆ ਪਛਾਕਾ ਮਖਮਲੀ ਜਿਉਂ ਫੁੱਲਾਂ ਦੀ ਗੁਲਜ਼ਾਰ ਸੀ ਉਹਨਾਂ ਦੇ ਗਾਤਰੇ ਵਿੱਚ ਕਿਰਪਾਨ ਸੇ ਅਤੇ ਬੁੱਲਾਂ ਵਿੱਚ ਕਰਤਾਰ ਸੀ ਦ੍ਰਿਸ਼ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਇੱਕ ਜਥਾ ਪੂਰਬ ਦੇਸ਼ ਤੋਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਭੇਟਾਵਾਂ ਲੈ ਕੇ ਹਾਜ਼ਰ ਹੋਇਆ ਇਹ ਗੇਟ ਤੋਂ ਦਾਖਲ ਹੋਇਆ ਇਹਨਾਂ ਦਾ ਆਗੂ ਭਾਈ ਲਾਲ ਸਿੰਘ ਇਹਨੇ ਕੱਪੜੇ ਦੇ ਵਿੱਚ ਲਪੇਟ ਕੇ ਸਤਿਕਾਰ ਦੇ ਨਾਲ ਇੱਕ ਸੁੰਦਰ ਢਾਲ ਉਹ ਚੁੱਕੀ ਹੋਈ ਹੈ ਆ ਗਿਆ ਮਹਾਰਾਜ ਦੇ ਚਰਨਾਂ ਵਿੱਚ ਢਾਲ ਸਤਿਗੁਰਾਂ ਦੀ ਹਜ਼ੂਰੀ ਵਿੱਚ ਰੱਖ ਕੇ ਨਮਸਕਾਰ ਕੀਤੀ ਹੈ ਸਤਿਗੁਰੂ ਕਹਿਣ ਲੱਗੇ ਭਾਈ ਲਾਲ ਸਿੰਘ ਆ ਇਹ ਕੀ ਭੇਟਾ ਲੈ ਕੇ ਆਇਆ ਇਹਨੇ ਕੱਪੜਾ ਉੱਤੋਂ ਉਤਾਰਿਆ ਉਹਦੇ ਵਿੱਚੋਂ ਢਾਲ ਆਪਣੇ ਹੱਥਾਂ ਵਿੱਚ ਲਈ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਮੁਬਾਰਕ ਹੱਥਾਂ ਵਿੱਚ ਦੇ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਢਾਲ ਤਿਆਰ ਕਰਕੇ ਲੈ ਕੇ ਆਇਆ ਬੜੀ ਰੀਝ ਨਾਲ ਬਣਾ ਕੇ ਲਿਆਇਆ ਮੇਰੀ ਭੇਟਾ ਪ੍ਰਵਾਨ ਹੋਵੇ ਸਤਿਗੁਰਾਂ ਨੇ ਢਾਲ ਆਪਣੇ ਮੁਬਾਰਕ ਹੱਥਾਂ ਵਿੱਚ ਫੜੀ ਹੋਈ ਹੈ ਉਹਨੂੰ ਉਲਟਾ ਉਲਟਾ ਕੇ ਵੇਖ ਰਹੇ ਨੇ ਬੜੇ ਗੌਹ ਦੇ ਨਾਲ ਵੇਖ ਰਹੇ ਨੇ ਸਤਿਗੁਰੂ ਕਹਿੰਦੇ ਲਾਲ ਸਿੰਘਾ ਢਾਲ ਹੈ ਤਾਂ ਬੜੀ ਸੁੰਦਰ ਪਰ ਇਹ ਪਰਖ ਵਿੱਚ ਵੀ ਪੂਰੀ ਉਤਰੇਗੀ ਕਹਿੰਦਾ ਜ਼ਰੂਰ ਮਹਾਰਾਜ ਪਰਖ ਕਰ ਲੈਣੀ ਚਾਹੀਦੀ ਹੈ ਇਹਦੇ ਵਿੱਚ ਦੀ ਕਦੇ ਨਿਸ਼ਾਨਾ ਨਹੀਂ ਲੰਘੇਗਾ ਜਿਹੜੀ ਗੋਲੀ ਮਾਰੋਗੇ ਬੁੜ ਕੇ ਪਾਸੇ ਚਲੀ ਜਾਵੇਗੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਭਾਈ ਲਾਲ ਸਿੰਘ ਆਪਣੀ ਢਾਲ ਦੀਆਂ ਜਿਵੇਂ ਸਿਫਤਾਂ ਕਰਦਾ ਹੈ ਉਸ ਵੇਲੇ ਦਾ ਸੀਨ ਮਹਿਤੇ ਵਾਲਿਆਂ ਦਾ ਕਵੀਸ਼ਰ ਜਥਾ ਹੇ ਐਂ ਪੇਸ਼ ਕਰਦਾ ਜੀ ਇੱਕ ਦਿਨ ਸਿੱਖ ਸਤਿਗੁਰੂ ਦੇ ਪਿਆਰੇ ਪੂਰਬ ਦੇਸ਼ ਦੇ ਇੱਕ ਦਿਨ ਸਿੱਖ ਸਤਿਗੁਰੂ ਦੇ ਪਿਆਰੇ ਪੂਰਬ ਦੇਸ਼ ਦੇ ਆਏ ਦੂਰੋਂ ਚੱਲ ਕੇ ਲੰਮਾ ਪੰਧ ਮੁਕਾ ਕੇ ਤੇ ਆਏ ਦੂਰੋਂ ਚੱਲ ਕੇ ਲੰਮਾ ਪੰਧ ਮੁਕਾ ਕੇ ਤੇ ਇੱਕ ਦਿਨ ਸਿੱਖ ਸਤਿਗੁਰੂ ਦੇ ਪਿਆਰੇ ਪੂਰਬ ਦੇਸ਼ ਦੇ ਇੱਕ ਦਿਨ ਸਿੱਖ ਸਤਿਗੁਰੂ ਦੇ ਪਿਆਰੇ ਪੂਰਬ ਦੇਸ਼ ਦੇ ਆਏ ਦੂਰੋਂ ਚੱਲ ਕੇ ਲੰਮਾ ਪੰਧ ਮੁਕਾ ਕੇ ਤੇ ਆਏ ਦੂਰੋਂ ਚੱਲ ਕੇ ਲੰਮਾ ਪੰਧ ਮੁਕਾ ਕੇ ਤੇ ਭੇਟਾ ਰੱਖੀ ਜਾਵਣ ਸ਼ਸਤਰ ਨਾਲ ਪ੍ਰੇਮ ਦੇ ਭੇਟਾ ਰੱਖੀ ਜਾਵਣ ਸ਼ਸਤਰ ਨਾਲ ਪ੍ਰੇਮ ਦੇ ਅੱਗੇ ਤੁਰਦੇ ਜਾਂਦੇ ਚਰਨੀ ਸੀਸ ਨਵਾ ਕੇ ਤੇ ਅੱਗੇ ਤੁਰਦੇ ਜਾਂਦੇ ਚਰਨੀ ਸੀਸ ਨਵਾ ਕੇ ਤੇ ਓ ਸੀ ਇੱਕ ਸਿੱਖ ਪਿਆਰਾ ਲਾਲ ਸਿੰਘ ਨਾ ਜਿਸਦਾ ਸੀ ਇੱਕ ਸਿੱਖ ਪਿਆਰਾ ਲਾਲ ਸਿੰਘ ਨਾ ਜਿਸਦਾ ਸੀ ਇੱਕ ਸਿੱਖ ਪਿਆਰਾ ਲਾਲ ਸਿੰਘ ਨਾ ਜਿਸਦਾ ਉਸਨੇ ਸਤਿਗੁਰ ਮੂਹਰੇ ਰੱਖੀ ਢਾਲ ਲਿਆ ਕੇ ਤੇ ਉਸਨੇ ਸਤਿਗੁਰ ਮੂਹਰੇ ਰੱਖੀ ਢਾਲ ਲਿਆ ਕੇ ਤੇ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਗਏ ਤੇ ਦੋਵੇਂ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਗਏ ਤੇ ਸਿਫਤਾਂ ਢਾਲਦੀਆਂ ਓ ਲੱਗਾ ਕਹਿਣ ਸੁਣਾ ਕੇ ਤੇ ਸਿਫਤਾਂ ਢਾਲਦੀਆਂ ਓ ਲੱਗਾ ਕਹਿਣ ਸੁਣਾ ਕੇ ਤੇ ਮੇਰੇ ਦਿਲ ਦੀ ਰੀਝ ਸੀ ਭੇਟਾ ਕਰਨੀ ਸਰ ਗੁਰੂ ਦੇ ਮੇਰੇ ਦਿਲ ਦੀ ਰੀਝ ਸੀ ਭੇਟਾ ਕਰਨੀ ਸਰ ਗੁਰ ਦੇ ਮੇਰੇ ਦਿਲ ਦੀ ਰੀਝ ਸੀ ਭੇਟਾ ਕਰਨੀ ਦਾਤੇ ਦੇ ਦਾਤਾ ਹਾਜ਼ਰ ਹੋਇਆ ਮਿਹਨਤ ਨਾਲ ਬੁਣਾ ਕੇ ਤੇ ਦਾਤਾ ਹਾਜ਼ਰ ਹੋਇਆ ਮਿਹਨਤ ਨਾਲ ਬੁਣਾ ਕੇ ਤੇ ਮੈਨੂੰ ਡਰ ਸੀ ਕੋਈ ਖੋਲ ਏ ਨਾ ਰਸਤੇ ਤਾ ਮੈਨੂੰ ਡਰ ਸੀ ਕੋਈ ਖੋਲ ਏ ਨਾ ਰਸਤੇ ਤਾ ਮੈਂ ਤਾਂ ਲੈ ਕੇ ਆਇਆ ਪਰਦੇ ਵਿੱਚ ਛੁਪਾ ਕੇ ਤੇ ਮੈਂ ਤਾਂ ਲੈ ਕੇ ਆਇਆ ਪਰਦੇ ਵਿੱਚ ਛੁਪਾ ਕੇ ਤੇ ਦਾਦਾ ਤਾਰੀ ਨਹੀਂ ਗੋਲੀ ਕੱਖ ਵਿਗਾੜਨਾ
ਇਹਦਾ ਦਾਤਾ ਜੀ ਨੀ ਗੋਲੀ ਕੱਖ ਵਿਗਾੜਨਾ, ਇਹਦਾ ਦਾਤਾ ਜੀ ਨੀ ਗੋਲੀ ਕੱਖ ਵਿਗਾੜਨਾ, ਇਸਨੂੰ ਪਰਖ ਲਓ ਚਾਹ ਗੋਲੀ ਮੂਰੇ ਡਾਕੇ ਤੇ, ਇਸਨੂੰ ਪਰਖ ਲਓ ਚਾਹ ਗੋਲੀ ਮੂਰੇ ਡਾਕੇ ਤੇ, ਜਿਹੜੀ ਮਾਰੋ ਗੋਲੀ ਉਹ ਜਾਵੇਗੀ ਬੁੜਕ ਕੇ, ਜਿਹੜੀ ਮਾਰੋ ਗੋਲੀ ਉਹ ਜਾਵੇਗੀ ਬੁੜਕ ਕੇ, ਮੈਂ ਤਾਂ ਕਈ ਵਾਰੀ ਇਹ ਵੇਖੀ ਹੈ ਅਜਮਾ ਕੇ ਤੇ, ਮੈਂ ਤਾਂ ਕਈ ਵਾਰੀ ਇਹ ਵੇਖੀ ਹੈ ਅਜਮਾ ਕੇ ਤੇ, ਜੇਕਰ ਮੇਰੇ ਉੱਪਰ ਆਉਂਦਾ ਨਹੀਂ ਯਕੀਨ, ਜੇਕਰ ਮੇਰੇ ਉੱਪਰ ਆਉਂਦਾ ਨਹੀਂ ਯਕੀਨ, ਜੇ ਆਪਣੇ ਹੱਥੀ ਸਾਹਿਬਾ ਵੇਖੋ ਰਫੁਲ ਚਲਾ ਕੇ ਤੇ, ਆਪਣੇ ਹੱਥੀ ਸਾਹਿਬਾ ਵੇਖੋ ਰਫੁਲ ਚਲਾ ਕੇ ਤੇ, ਇਹ ਦਾਤਾ ਨਹੀਂ ਮਮੂਲੀ, ਦਾਤਾ ਨਹੀਂ ਮਮੂਲੀ, ਇਹ ਗੈਂਡੇ ਦੀ ਢਾਲ ਜੇ, ਦਾਤਾ ਨਹੀਂ ਮਮੂਲੀ ਇਹ ਗੈਂਡੇ ਦੀ ਢਾਲ ਜੇ, ਨਾ ਵਿਗੜੂ ਇਸ ਦਾ ਸੌ ਗੋਲੀ ਵੀ ਖਾ ਕੇ ਤੇ, ਕੁਝ ਨਾ ਵਿਗੜੂ ਇਸ ਦਾ ਸੌ ਗੋਲੀ ਵੀ ਖਾ ਕੇ ਤੇ, ਐਸੀ ਚੀਜ਼ ਕੀਮਤੀ ਰੋਜ਼ ਰੋਜ਼ ਤਾਂ ਮਿਲਦੀ ਨਾ, ਐਸੀ ਚੀਜ਼ ਕੀਮਤੀ ਰੋਜ਼ ਰੋਜ਼ ਤਾਂ ਰੋਜ਼ ਰੋਜ਼ ਤਾਂ ਮਿਲਦੀ ਨਾ, ਐਸੀ ਚੀਜ਼ ਕੀਮਤੀ ਰੋਜ਼ ਰੋਜ਼ ਤਾਂ ਮਿਲਦੀ ਨਾ, ਬੰਦਾ ਫਿਰ ਪਛਤਾਉਂਦਾ ਹੱਥੋਂ ਚੀਜ਼ ਗਵਾ ਕੇ ਤੇ, ਬੰਦਾ ਫਿਰ ਪਛਤਾਉਂਦਾ ਹੱਥੋਂ ਚੀਜ਼ ਗਵਾ ਕੇ ਤੇ, ਐਵੇਂ ਦੇਣਾ ਦਿਓ ਕਿਸੇ ਮਾਮੂਲੀ ਬੰਦੇ ਨੂੰ, ਐਵੇਂ ਦੇਣਾ ਦਿਓ ਕਿਸੇ ਮਾਮੂਲੀ ਸਿੱਖ ਨੂੰ, ਕਿਧਰੇ ਛੱਡਣਾ ਆਵੇ ਚੇਤਾ ਕਿਤੇ ਭੁਲਾ ਕੇ ਤੇ, ਕਿਧਰੇ ਛੱਡਣਾ ਆਵੇ ਚੇਤਾ ਕਿਤੇ ਭੁਲਾ ਕੇ ਤੇ, ਇਹੀ ਔਗਣ ਹੈ ਇੱਕ ਬੰਦੇ ਵਿੱਚ ਦਲਬੀਰ ਸਿੰਘਾ, ਇਹੀ ਔਗਣ ਹੈ ਇੱਕ ਬੰਦੇ ਵਿੱਚ ਦਲਬੀਰ ਸਿੰਘਾ, ਇਹੀ ਔਗਣਾ ਇੱਕ ਬੰਦੇ ਵਿੱਚ ਦਲਬੀਰ ਸਿੰਘਾ, ਰੱਬ ਹੀ ਬਣ ਪੈਂਦਾ ਹੈ ਹੈਂਕੜੂ ਦੇ ਵਿੱਚ ਆ ਕੇ ਤੇ, ਰੱਬ ਹੀ ਬਣ ਪੈਂਦਾ ਹੈ ਹੈਂਕੜੂ ਦੇ ਵਿੱਚ ਆ ਕੇ ਤੇ, ਦਸਮ ਪਾਤਸ਼ਾਹ ਮਹਾਰਾਜ ਭਾਈ ਲਾਲ ਸਿੰਘ ਦੀ ਢਾਲ ਬੜੇ ਗਹੁ ਦੇ ਨਾਲ ਵੇਖ ਰਹੇ ਸਨ, ਮੁਸਕਰਾ ਰਹੇ ਸਨ, ਅਤੇ ਲਾਗੇ ਸਿੱਖ ਕਹਿਣ ਲੱਗੇ, ਸੱਚੇ ਪਾਤਸ਼ਾਹ ਇਸ ਢਾਲ ਦੇ ਦਰਸ਼ਨ ਸਾਨੂੰ ਹੀ ਕਰਵਾਓ। ਇੱਕ ਸਿੱਖ ਨੇ ਮਹਾਰਾਜ ਕੋਲ ਫੜੀ, ਉਹਨੂੰ ਵੇਖਿਆ, ਉਹਦੇ ਲਾਗੋਂ ਦੂਸਰੇ ਸਿੱਖ ਨੇ ਢਾਲ ਨੂੰ ਫੜਿਆ, ਇਸ ਤਰ੍ਹਾਂ ਤੀਸਰੇ ਨੇ ਚੌਥੇ ਨੇ ਸਿੱਖ ਗਹੁ ਦੇ ਨਾਲ ਢਾਲ ਨੂੰ ਤੱਕ ਰਹੇ ਸਨ। ਭਾਈ ਲਾਲ ਸਿੰਘ ਅੰਦਰੋਂ ਹੀ ਅੰਦਰ ਹੰਕਾਰ ਵਿੱਚ ਆ ਰਿਹਾ ਸੀ ਅਤੇ ਸੋਚ ਰਿਹਾ ਸੀ, ਹੋ ਸਕਦਾ ਇਹੋ ਜਿਹੀ ਢਾਲ ਅੱਗੇ ਨਾ ਵੇਖੀ ਨਾ ਹੋਵੇ, ਕੋਈ ਭੇਟਾ ਹੀ ਨਾ ਆਈ ਹੋਵੇ। ਕਹਿੰਦਾ, ਮਹਾਰਾਜ ਮੇਰੀ ਢਾਲ ਬੜੀ ਖੂਬਸੂਰਤ ਹੈ ਅਤੇ ਬੜੀ ਮੈਂ ਮਿਹਨਤ ਕਰਕੇ ਬਣਾਈ ਹੈ, ਕਿਤੇ ਐਵੇਂ ਕਿਸੇ ਮਾਮੂਲੀ ਸਿੱਖ ਨੂੰ ਨਾ ਦੇ ਦਿਓ, ਕਿਤੇ ਛੱਡ ਨਾ ਆਵੇ, ਇਹੋ ਜਿਹੀ ਢਾਲ ਰੋਜ਼ ਰੋਜ਼ ਨਹੀਂ ਮਿਲਦੀ। ਸਤਿਗੁਰੂ ਮੁਸਕਰਾਏ ਅਤੇ ਸੋਚਦੇ ਨੇ, ਭਾਈ ਲਾਲ ਸਿੰਘ ਹੰਕਾਰ ਵਿੱਚ ਆ ਗਿਆ, ਇਹਦਾ ਹੰਕਾਰ ਦੂਰ ਕਰਨਾ ਚਾਹੀਦਾ, ਗੁਰੂ ਨਾਨਕ ਦਾ ਘਰ ਹੰਕਾਰ ਨੂੰ ਮਾਰਦਾ ਹੈ, ਇਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ ਗੁਰੂ ਨਾਨਕ ਦਾ ਘਰ। ਸਤਿਗੁਰੂ ਕਹਿੰਦੇ, ਭਾਈ ਲਾਲ ਸਿੰਘਾ ਢਾਲ ਬਣੀ ਤਾਂ ਤੇਰੀ ਬੜੀ ਚੰਗੀ ਹੈ, ਬੜੀ ਖੂਬਸੂਰਤ ਹੈ, ਬੜੀ ਇਹਦੀ ਚਮਕ ਹੈ, ਪਰ ਸ਼ਸਤਰ ਨੂੰ ਪਰਖ ਕੇ ਰੱਖਣਾ ਚਾਹੀਦਾ ਹੈ, ਇਹ ਪਰਖ ਵਿੱਚ ਵੀ ਪੂਰੀ ਉਤਰੂ। ਕਹਿੰਦਾ, ਮਹਾਰਾਜ ਅਜਮਾ ਕੇ ਵੇਖੋ, ਇੱਕ ਨਹੀਂ ਸੌ ਸੌ ਗੋਲੀ ਇਕੱਠੀ ਚਲਾ ਕੇ ਇਹਦੇ 'ਤੇ ਨਿਸ਼ਾਨਾ ਲਾ ਕੇ ਵੇਖੋ, ਇੱਕ ਵੀ ਨਿਸ਼ਾਨਾ ਇਹਦੇ ਵਿੱਚ ਦੀ ਪਾਰ ਨਹੀਂ ਲੰਘੇਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਫਿਰ ਢਾਲ ਪਰਖ ਲਈਏ। ਕਹਿੰਦਾ, ਜੀ ਜ਼ਰੂਰ। ਮਹਾਰਾਜ ਕਹਿੰਦੇ, ਫਿਰ ਕੱਲ੍ਹ ਨੂੰ ਪਰਖਾਂਗੇ ਲਾਲ ਸਿੰਘਾ। ਗੁਰਦੇਵ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਭਾਈ ਲਾਲ ਸਿੰਘ ਨੂੰ ਉਹਦੀ ਢਾਲ ਦੀ ਪਰਖ ਕਰਨ ਵਾਸਤੇ ਹੇ ਐਂ ਕਹਿੰਦੇ ਨੇ।
ਗੁਰੂ ਸਾਹਿਬ ਕਹਿਣੇ ਧੁਰਾਂ ਸੁਣਾਏ ਕੇ ਵੇਖ ਲਾਂਗੇ ਟਾਲ ਤੇਰੀ ਅਜਮਾਏ ਕੇ ਵੇਖ ਲਾਂਗੇ ਟਾਲ ਤੇਰੀ ਅਜਮਾਏ ਕੇ ਲਾਗੂ ਜੇਗਾ ਪਤਾ ਕਿੰਨੀ ਕੁ ਕਮਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਗੁਰੂ ਸਾਹਿਬ ਕਹਿਣੇ ਧੁਰਾਂ ਸੁਣਾਏ ਕੇ ਵੇਖ ਲਾਂਗੇ ਟਾਲ ਤੇਰੀ ਅਜ਼ਮਾਏ ਕੇ ਵੇਖ ਲਾਂਗੇ ਟਾਲ ਤੇਰੀ ਅਜ਼ਮਾਏ ਕੇ ਲਾਗੂ ਜੇਗਾ ਪਤਾ ਕਿੰਨੀ ਕੁ ਕਮਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਓ ਤੂੰ ਵੀ ਲਾ ਕੇ ਆਈ ਇਸ ਨੂੰ ਸਵਾਰ ਕੇ ਅਸੀਂ ਕੱਲ ਵੇਖਾਂਗੇ ਨਿਸ਼ਾਨਾ ਮਾਰ ਕੇ ਅਸੀਂ ਕੱਲ ਵੇਖਾਂਗੇ ਨਿਸ਼ਾਨਾ ਮਾਰ ਕੇ ਇੱਕ ਰਾਤ ਰੋਕੂ ਜਾ ਤੂੰ ਹੋਰ ਹਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਓ ਤੈਨੂੰ ਜਿਹੜੀ ਟਾਲ ਉੱਤੇ ਬੜਾ ਮਾਣਿਆ ਵੇਖ ਲਾਂਗੇ ਇਸ 'ਚ ਕਿੰਨਾ ਕੁ ਤਾਣਿਆ ਵੇਖ ਲਾਂਗੇ ਇਸ 'ਚ ਕਿੰਨਾ ਕੁ ਤਾਣਿਆ ਫੇਰ ਤੂੰ ਲਿਆਵੀਂ ਹੋਰ ਇਹਦੇ ਨਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਜਦੋਂ ਸਾਡੀ ਰੱਬ ਨੂੰ ਬਰੂਦ ਚੱਲਿਆ ਇਸ ਕੋਲੋਂ ਵੇਖੀ ਜਾਵਣਾ ਨੀ ਠੱਲਿਆ ਇਸ ਕੋਲੋਂ ਵੇਖੀ ਜਾਵਣਾ ਨੀ ਠੱਲਿਆ ਸਾਡੀ ਵੀ ਬੰਦੂਕ ਪੁੱਤਰੀ ਹੈ ਕਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਇਹ ਹਰ ਹਥਿਆਰੇ ਲੱਗੇ ਸੋਹਣਾ ਜਗਦਾ ਪਰ ਖੂੰਬ ਗੈਰਾ ਪਰ ਖੂੰਬ ਗੈਰ ਤੇ ਪਤਾ ਨਹੀਂ ਲੱਗਦਾ ਪਰ ਖੂੰਬ ਗੈਰ ਤੇ ਪਤਾ ਨਹੀਂ ਲੱਗਦਾ ਵੇਖਣੇ ਨੂੰ ਸੋਹਣੀ ਤੇਜ ਹੈ ਜਲਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਇਹ ਬਹੁਤੀ ਨੀ ਕੋਈ ਦੇਰ ਸਮਾਂ ਇੱਕ ਰਾਤ ਦਾ ਲੱਗ ਜੇਗਾ ਪਤਾ ਇਸ ਦੀ ਔਕਾਤ ਦਾ ਲੱਗ ਜੇਗਾ ਪਤਾ ਇਸ ਦੀ ਔਕਾਤ ਦਾ ਤੇਰੀ ਇਹ ਇੱਜ਼ਤ ਕਿਤਨੀ ਕੁ ਪਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਓਏ ਅਸੀਂ ਵੀ ਬੰਦੂਕ ਵਧੀਆ ਮੰਗਾਵਾਂਗੇ ਜਿਹਦੇ ਨਾਲ ਟਾਲ ਤੇਰੀ ਅਜ਼ਮਾਵਾਂਗੇ ਜਿਹਦੇ ਨਾਲ ਟਾਲ ਤੇਰੀ ਅਜ਼ਮਾਵਾਂਗੇ ਜਿਹੜੀ ਰਿੱਤ ਰਹਿੰਦੀ ਹੈ ਸ਼ਿਕਾਰ ਪਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਇਹ ਲਾਲ ਸਿੰਘ ਹੁਣ ਮਨ 'ਚ ਵਿਚਾਰਦਾ ਪਤਾ ਹੁੰਦਾ ਗੱਪ ਨਾ ਗੁਰਾਂ ਤੋਂ ਮਾਰਦਾ ਪਤਾ ਹੁੰਦਾ ਗੱਪ ਨਾ ਗੁਰਾਂ ਤੋਂ ਮਾਰਦਾ ਗੱਪਾਂ 'ਚ ਗੁਵਾਲੀ ਬਣੀ ਕਈ ਸਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਓ ਚੰਗਾ ਲਾਲ ਸਿੰਘਾ ਪਈ ਮਿਲਾਂਗੇ ਕੱਲ ਨੂੰ ਕਰ ਲੈ ਆਰਾਮ ਕਰ ਲੈ ਆਰਾਮ ਛੱਕ ਅੰਨ ਜਾਲੇ ਨੂੰ ਕਰ ਲੈ ਆਰਾਮ ਛੱਕ ਅੰਨ ਜਾਲੇ ਨੂੰ ਛੁੱਟੀ ਹੋ ਜਾਣੀ ਗਿੱਲ ਕੈ ਖਿਆਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕੱਲ ਤੇਰੀ ਕਰਾਂਗੇ ਪਰਖ ਟਾਲ ਦੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਲਾਲ ਸਿੰਘਾ ਢਾਲ ਤੂੰ ਵੀ ਬੜੀ ਰੀਝ ਨਾਲ ਬਣਾ ਕੇ ਲਿਆਇਆ
ਅਤੇ ਬੰਦੂਕਾਂ ਸਾਡੇ ਕੋਲ ਵੀ ਬੜੀਆਂ ਵਧੀਆ ਹੈ। ਵੇਖਾਂਗੇ ਨਿਸ਼ਾਨਾ ਮਾਰ ਕੇ ਇਹਦੇ ਵਿੱਚ ਦੀ ਪਾਰ ਨਿਕਲਦਾ ਕਿ ਜਾਂ ਡੱਕ ਲੈਂਦੀ ਆ ਤੇਰੀ ਢਾਲ। ਕਰਾਂਗੇ ਪਰਖ ਕੱਲ੍ਹ ਨੂੰ ਦੂਰੋਂ ਆਏ ਜੇ। ਜਾਓ ਜਲ ਪਾਣੀ ਛੱਕ ਕੇ ਆਰਾਮ ਕਰੋ, ਕੱਲ੍ਹ ਤੇਰੀ ਢਾਲ ਦੀ ਪਰਖ ਕਰ ਲਈ ਜਾਵੇਗੀ। ਇੱਕ ਸ਼ਾਇਰ ਕਹਿੰਦਾ, ਮੋਤੀ ਮਿਲਦੇ ਸਦਾ ਸਮੁੰਦਰਾਂ 'ਚੋਂ, ਹੀਰੇ ਲੱਭਦੇ ਨੇ ਗਹਿਰੀ ਖਾਨ ਵਿੱਚੋਂ, ਰਸ ਜਿਸ ਤਰ੍ਹਾਂ ਲੱਭਦਾ ਪੋਰੀਆਂ 'ਚੋਂ, ਮਿੱਠਤ ਲੱਭਦੀ ਸ਼ੀਰੀ ਜ਼ਬਾਨ ਵਿੱਚੋਂ, ਸ਼ਕਲ ਜਿਸ ਤਰ੍ਹਾਂ ਸ਼ੀਸ਼ੇ 'ਚੋਂ ਲੱਭਦੀ ਏ, ਅਕਲ ਲੱਭਦੀ ਇੰਜ ਗਿਆਨ ਵਿੱਚੋਂ, ਤਾਇਰ ਪਰਤ ਕੇ ਹੱਥ ਨਾ ਆਉਂਦਾ ਏ, ਗਿਆ ਵਕਤ ਅਤੇ ਤੀਰ ਕਮਾਨ ਵਿੱਚੋਂ। ਮਹਾਰਾਜ ਦੇ ਸਾਹਮਣੇ ਇਹ ਸ਼ਰਤ 'ਤੇ ਲਾ ਬੈਠਾ, ਹੱਥੋਂ ਤੀਰ 'ਤੇ ਨਿਕਲ ਗਿਆ, ਪਰ ਸੋਚਦਾ ਮੈਨੂੰ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਸੀ, ਮੈਂ ਤਾਂ ਗੁਰੂ ਦੇ ਨਾਲ ਦਾਵਾ ਬੰਨ ਲਿਆ ਕਿ ਮੇਰੀ ਢਾਲ ਦੇ ਵਿੱਚ ਦੀ ਗੋਲੀ ਪਾਰ ਨਹੀਂ ਹੋਵੇਗੀ। ਗੁਰੂ ਚਾਹਵੇ ਸੱਚੇ ਪਾਤਸ਼ਾਹ ਦੇ ਪਹਾੜ ਦਾ ਸੀਨਾ ਵਿੰਨ ਦੇਵੇ, ਸਤਿਗੁਰੂ ਤਾਂ ਅੰਤਰਜਾਮੀ ਆ, ਪਰ ਮੇਰੇ ਕੋਲੋਂ ਭੁੱਲ ਹੋ ਗਈ ਹੈ। ਸਿਆਣੇ ਸਿਆਣੇ ਸਿੱਖਾਂ ਨੇ ਆਖਿਆ, ਲਾਲ ਸਿੰਘਾ ਤੈਨੂੰ ਤਾਂ ਸ਼ੁਕਰਾਨਾ ਕਰਨਾ ਚਾਹੀਦਾ ਸੀ, ਧੰਨਵਾਦ ਕਰਨਾ ਚਾਹੀਦਾ ਸੀ, ਤੇਰੀ ਢਾਲ ਮਹਾਰਾਜ ਦੇ ਪਸੰਦ ਆ ਗਈ ਸੀ, ਤੂੰ ਤਾਂ ਕਹਿੰਦਾ ਇਹਦੇ ਨਾਲ ਦੀ ਢਾਲ ਹੀ ਨਹੀਂ ਬਣੀ। ਕਹਿੰਦਾ ਮੈਂ ਹੁਣ ਕਰਾਂ ਕੀ। ਸਿਆਣੇ ਸਿਆਣੇ ਸਿੱਖਾਂ ਨੂੰ ਪੁੱਛਦਾ ਹੈ ਕਿ ਮੈਨੂੰ ਦੱਸੋ ਮੈਂ ਕਿਵੇਂ ਭੁੱਲ ਬਖਸ਼ਾਵਾਂ, ਕਿਵੇਂ ਮਹਾਰਾਜ ਦੇ ਦਰ 'ਤੇ ਪ੍ਰਵਾਨ ਚੜ੍ਹਾਂ, ਕਿਵੇਂ ਮੇਰੀ ਪੱਤ ਰਵੇ, ਇਹਦੇ ਬਾਰੇ ਮੈਨੂੰ ਦੱਸਿਆ ਜਾਵੇ। ਸਿਆਣੇ ਸਿੱਖਾਂ ਨੇ ਆਖਿਆ ਕਿ ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਆ, ਅਰਦਾਸ ਵਿੱਚ ਬੜਾ ਬਲ ਹੈ। ਇੱਕ ਘੁੱਗੀ ਦਰਖਤ 'ਤੇ ਬੈਠੀ ਹੋਈ ਹੈ, ਸ਼ਿਕਾਰੀ ਤੀਰ ਕਮਾਨ ਲੈ ਕੇ ਆ ਗਿਆ, ਘੁੱਗੀ ਦੀ ਨਜ਼ਰ ਪਈ ਸ਼ਿਕਾਰੀ ਕਮਾਨ 'ਤੇ ਤੀਰ ਚੜ੍ਹ ਰਿਹਾ ਹੈ। ਇਹਨੇ ਆਖਿਆ ਉੱਡ ਜਾਵਾਂ, ਜਾਨ ਬਚ ਜਾਵੇਗੀ, ਪਰ ਉੱਪਰ ਨੂੰ ਵੇਖਿਆ ਉੱਪਰ ਬਾਜ ਫਿਰ ਰਿਹਾ ਹੈ। ਕਹਿੰਦੀ ਜੇ ਬੈਠੀ ਰਹੀ ਸ਼ਿਕਾਰੀ ਮਾਰ ਲਵੇਗਾ, ਜੇ ਉੱਡ ਗਈ ਬਾਜ ਖਾ ਲਵੇਗਾ, ਹੁਣ ਕੋਈ ਬਚਣ ਦਾ ਚਾਰਾ ਨਹੀਂ ਰਹਿ ਗਿਆ। ਹੁਣ ਇੱਕ ਹੀ ਚਾਰਾ ਹੈ ਕਿ ਗੁਰੂ ਦੇ ਅੱਗੇ, ਪਰਮਾਤਮਾ ਦੇ ਅੱਗੇ ਬੇਨਤੀ ਕਰਾਂ, ਸਿਮਰਨ ਕਰਾਂ, ਅਰਦਾਸ ਕਰਾਂ। ਉੱਡ ਜਾਣ ਕੀ ਬਾਤ ਸਜਾਨ ਕਹੂੰ, ਨਰਕਾੜ ਕਮਾਨ ਕੀ ਆ ਸਰ ਰੇ, ਤੇਰੇ ਉੱਪਰ ਹੀ ਉੱਪਰ ਬਾਜ ਫਿਰੇ, ਅਬ ਕੌਣ ਸਹਾਈ ਬਿਨਾਂ ਹਰ ਰੇ, ਹੇਰੀ ਕੇ ਪਾਓ ਪਝੰਗ ਡੱਸਿਓ, ਛੁੱਟ ਬਾਜ ਕੇ ਬਾਨ ਲੱਗਾ ਫਰ ਰੇ, ਸਮਝਾਏ ਰਹੀ ਕਵਟੀ ਮਨ ਕੋ, ਜਿਨ ਨਾਮ ਜਪਿਓ ਤਿੰਨ ਕਿਉਂ ਡਰ ਰੇ। ਘੁੱਗੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ, ਸ਼ਿਕਾਰੀ ਦੇ ਨੇੜਿਓਂ ਸੱਪ ਨਿਕਲਿਆ, ਉਹਦੇ ਪੈਰ 'ਤੇ ਡੰਗ ਮਾਰਿਆ, ਉਹਦੇ ਕਮਾਨ ਵਿੱਚੋਂ ਆਪ ਮਹਾਰਾ ਤੀਰ ਚੱਲਿਆ, ਉਹ ਬਾਜ ਦੇ ਖੰਭਾਂ ਵਿੱਚ ਜਾ ਵੱਜਾ, ਦੋਵੇਂ ਵੈਰੀ ਮਰ ਗਏ। ਘੁੱਗੀ ਦੀ ਪਰਮਾਤਮਾ ਨੇ ਰੱਖਿਆ ਕੀਤੀ। ਸਿੱਖਾਂ ਨੇ ਆਖਿਆ ਅਰਦਾਸ ਕਰਵਾ ਸਿੱਖਾਂ ਤੋਂ, ਤੇਰੀ ਰਹਿ ਰਹਿ ਜਾਵੇਗੀ। ਕਿਵੇਂ ਪੁੱਛਦਾ ਹੈ ਭਾਈ ਲਾਲ ਸਿੰਘ, ਅਤੇ ਸਿੱਖ ਜਿਵੇਂ ਦੱਸਦੇ ਨੇ ਉਸ ਵੇਲੇ ਦੇ ਸੀਨ ਨੂੰ। ਮਹਿਤੇ ਵਾਲਿਆਂ ਦਾ ਕਵੀਸ਼ਰ ਜਥਾ ਰਣਜੀਤ ਸਿੰਘ ਮੱਖਣਵਿੰਡੀ, ਰਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਦਦੇਰ ਸਭ ਇਹ ਐਂ ਕਹਿੰਦੇ ਨੇ। ਸਿੰਘਾਂ ਕੋਲ ਲਾਲ ਸਿੰਘ ਜਾ ਕੇ ਕਹਿੰਦਾ ਗਲ ਵਿੱਚ ਪੱਲਾ ਪਾ ਗਏ, ਸਿੰਘਾਂ ਕੋਲ ਲਾਲ ਸਿੰਘ ਜਾ ਕੇ ਕਹਿੰਦਾ ਗਲ ਵਿੱਚ ਪੱਲਾ ਪਾ ਗਏ, ਸਿੰਘੋ ਦੱਸੋ ਬਣਤ ਬਣਾ ਕੇ ਨਾ ਲਗਾਵੋ ਦੇਰੀ ਨੂੰ, ਹੁਣ ਮੈਂ ਕੀ ਕਰਾਂ ਗੁਰਸਿੱਖੋ ਮੈਨੂੰ ਦੱਸ ਦਿਓ ਦੱਸ ਦਿਓ, ਆਰ ਜੇ ਕਬੂਲੋ ਮੇਰੀ ਨੂੰ। ਤੈਨੂੰ ਲਾਲ ਸਿੰਘਾ ਸਮਝਾਈਏ, ਤੈਨੂੰ ਸੌ ਦੀ ਇੱਕ ਸੁਣਾਈਏ, ਸਿੰਘਾਂ ਤੋਂ ਅਰਦਾਸ ਕਰਾਈਏ, ਹੁਣ ਤਾਂ ਇਹੋ ਵੱਲ ਆ ਆਪਣੇ ਮਨ ਵਿੱਚ ਰੱਖ ਤਸੱਲੀ, ਲਾਲ ਸਿਆਂ ਡੋਲੀ ਨਾ ਡੋਲੀ ਨਾ, ਅਰਦਾਸ ਵਿੱਚ ਬੜਾ ਬਾਲਿਆ। ਸਿੰਘਾਂ ਕੋਲ ਲਾਲ ਸਿੰਘ ਜਾ ਕੇ ਕਹਿੰਦਾ ਗਲ ਵਿੱਚ ਪੱਲਾ ਪਾ ਗਏ, ਸਿੰਘੋ ਦੱਸੋ ਬਣਤ ਬਣਾ ਕੇ ਨਾ ਲਗਾਵੋ ਦੇਰੀ ਨੂੰ, ਹੁਣ ਮੈਂ ਕੀ ਕਰਾਂ ਗੁਰਸਿੱਖੋ ਮੈਨੂੰ ਦੱਸ ਦਿਓ, ਅਰੇ ਜੇ ਕਬੂਲੋ ਮੇਰੀ ਨੂੰ। ਤੈਨੂੰ ਲਾਲ
ਸਿੰਘਾਂ ਸਮਝਾਈਏ, ਤੈਨੂੰ ਸੌ ਦੀ ਇੱਕ ਸੁਣਾਈਏ, ਸਿੰਘਾਂ ਤੋਂ ਅਰਦਾਸ ਕਰਾਈਏ, ਹੁਣ ਤਾਂ ਇਹੋ ਵਾਲਿਆ ਆਪਣੇ ਮਨ ਵਿੱਚ ਰੱਖ ਤਸੱਲੀ ਲਾਲ ਸਿਆਂ, ਡੋਲੀ ਨਾ ਡੋਲੀ ਨਾ ਅਰਦਾਸ ਵਿੱਚ ਬੜਾ ਬਾਲਿਆ। ਸਿੰਘੋ ਸੁਣਿਓ ਸੱਚ ਸੁਣਾਵਾਂ, ਆਪਣੀ ਕੀਤੀ ਤੇ ਪੁਛਤਾਵਾਂ, ਹੁਣ ਮੈਂ ਕਿਹੜੇ ਪਾਸੇ ਜਾਵਾਂ, ਮੇਰਾ ਦਿਲ ਖਾਂਦਾ ਕੇਰੀ ਨੂੰ, ਹੁਣ ਮੈਂ ਕੀ ਕਰਾਂ, ਗੁਰਸਿੱਖੋ ਮੈਨੂੰ ਦੱਸ ਦਿਓ ਦੱਸ ਦਿਓ, ਅਰਜ਼ੇ ਕਬੂਲੋ ਮੇਰੀ ਨੂੰ। ਆਪਣੇ ਘਰ ਪ੍ਰਸ਼ਾਦ ਬਣਾ ਲੈ, ਪੰਜਾਂ ਸਿੰਘਾਂ ਤਾਈ ਛਕਾ ਲੈ, ਉਹਨਾਂ ਤੋਂ ਅਰਦਾਸ ਕਰਾ ਲੈ, ਗੱਲ ਜਾਣੀ ਚੱਲਿਆ ਆਪਣੇ ਮਨ ਵਿੱਚ ਰੱਖ ਤਸੱਲੀ ਲਾਲ ਸਿਆਂ, ਡੋਲੀ ਨਾ ਅਰਦਾਸ ਵਿੱਚ ਬੜਾ ਬਾਲਿਆ। ਹੋ ਕੇ ਤੇ ਹੰਕਾਰੀ, ਬਾੜੀ ਗੱਪ ਗੁਰਾਂ ਕੁਲ ਮਾਰੀ, ਮੈਂ ਤਾਂ ਹੋ ਕੇ ਤੇ ਹੰਕਾਰੀ, ਬਾੜੀ ਗੱਪ ਗੁਰਾਂ ਕੁਲ ਮਾਰੀ, ਹੁਣ ਆਈ ਪਰਖ ਦੀ ਵਾਰੀ, ਦੱਸੋ ਗੱਲ ਸੋਲਾਂ ਸੇਰੀ ਨੂੰ, ਹੁਣ ਮੈਂ ਕੀ ਕਰਾਂ, ਗੁਰਸਿੱਖੋ ਮੈਨੂੰ ਦੱਸ ਦਿਓ, ਅਰਜ਼ੇ ਕਬੂਲੋ ਮੇਰੀ ਨੂੰ। ਉੱਥੇ ਘਾਟਾ ਨਹੀਂ ਕੋਈ ਆਉਂਦਾ, ਜਿੱਥੇ ਸਿੱਖ ਅਰਦਾਸ ਕਰਾਉਂਦਾ, ਉਹ ਕੁਝ ਹੁੰਦਾ ਜੋ ਵੀ ਚਾਹੁੰਦਾ, ਦੁੱਖ ਜਾਂਦੇ ਟਾਲਿਆ ਆਪਣੇ ਮਨ ਵਿੱਚ ਰੱਖ ਤਸੱਲੀ ਲਾਲ ਸਿਆਂ, ਡੋਲੀ ਨਾ ਡੋਲੀ ਨਾ ਅਰਦਾਸ ਵਿੱਚ ਬੜਾ ਬਾਲਿਆ। ਗੋਲੀ ਜਦੋਂ ਗੁਰਾਂ ਦੀ ਚੱਲਣੀ, ਓਰੀ ਟਾਲ ਮੇਰੀ ਨੇ ਚੱਲਣੀ, ਓ ਗੋਲੀ ਜਦੋਂ ਗੁਰਾਂ ਦੀ ਚੱਲਣੀ, ਓਰੀ ਟਾਲ ਮੇਰੀ ਨੇ ਚੱਲਣੀ, ਇਹ ਤਾਂ ਹੋ ਜੂ ਛਲਣੀ ਛਲਣੀ ਉੱਡ ਜੂ ਇੱਕੇ ਵੇਰੀ ਨੂੰ, ਹੁਣ ਮੈਂ ਕੀ ਕਰਾਂ, ਗੁਰਸਿੱਖੋ ਮੈਨੂੰ ਦੱਸ ਦਿਓ, ਅਰਜ਼ੇ ਕਬੂਲੋ ਮੇਰੀ ਨੂੰ। ਜੇ ਕੋਈ ਇੰਨਾ ਕੰਮ ਤੂੰ ਕਰ ਗਿਆ, ਤੇਰਾ ਕਾਜ ਸਮਝ ਲਈ ਸਰ ਗਿਆ, ਤੇਰਾ ਡੁੱਬਦਾ ਬੇੜਾ ਤਰ ਗਿਆ, ਏ ਮਾਮੂਲੀ ਗੱਲ ਆ ਆਪਣੇ ਮਨ ਵਿੱਚ ਰੱਖ ਤਸੱਲੀ ਲਾਲ ਸਿਆਂ, ਡੋਲੀ ਨਾ ਅਰਦਾਸ ਵਿੱਚ ਬੜਾ ਬਾਲਿਆ। ਜੋ ਵੀ ਆਖੋ ਕਰਮ ਕਮਾਵਾਂ, ਜੋ ਵੀ ਆਖੋ ਕਰਮ ਕਮਾਵਾਂ, ਹੁਣੇ ਮੈਂ ਸਿੰਘਾਂ ਤਾਈ ਬੁਲਾਵਾਂ, ਸ਼ਰਧਾ ਨਾ ਪ੍ਰਸ਼ਾਦ ਛਕਾਵਾਂ, ਤਾਰੇ ਕੇ ਦਲੇਰੀ ਨੂੰ, ਹੁਣ ਮੈਂ ਕੀ ਕਰਾਂ, ਗੁਰਸਿੱਖੋ ਮੈਨੂੰ ਦੱਸ ਦਿਓ ਦੱਸ ਦਿਓ, ਅਰਜ਼ੇ ਕਬੂਲੋ ਮੇਰੀ ਨੂੰ। ਪੰਜਾ ਅੱਗੇ ਗੁਰਾਂ ਦਾ ਡੈ ਜੂ, ਇੱਜ਼ਤ ਤੇਰੀ ਵੀ ਫਿਰ ਰਹਿ ਜੂ, ਗੱਲਾਂ ਗਿਲ ਤਲਬੀਰਾ ਕਹਿ ਜੂ, ਮਸਲਾ ਹੋ ਜੂ ਹੱਲ ਆ ਆਪਣੇ ਮਨ ਵਿੱਚ ਰੱਖ ਤਸੱਲੀ ਲਾਲ ਸਿਆਂ, ਡੋਲੀ ਨਾ ਡੋਲੀ ਨਾ ਅਰਦਾਸ ਵਿੱਚ ਬੜਾ ਬਾਲਿਆ। ਦਸਮ ਪਾਤਸ਼ਾਹ ਮਹਾਰਾਜ ਦਾ ਸਿੱਖ ਭਾਈ ਲਾਲ ਸਿੰਘ ਸਿੱਖਾਂ ਦੇ ਕੋਲੋਂ ਪੁੱਛ ਰਿਹਾ ਸੀ, ਤੇ ਸਿੱਖਾਂ ਨੇ ਆਖਿਆ, ਲਾਲ ਸਿੰਘਾ ਇੱਕ ਹੀ ਤਰੀਕਾ ਹੁਣ ਗੁਰੂ ਕੇ ਸਿੱਖਾਂ ਕੋ ਅਰਦਾਸ ਕਰਵਾ, ਤੇਰਾ ਕਾਰਜ ਰਾਸ ਆ ਜਾਵੇਗਾ, ਤੇਰੀ ਰਹਿ ਰਹਿ ਜਾਵੇਗੀ,
तेरी ढाल परख विच पूरी उतर आवेगी। इन्हें गुरु के सिखां नूं न्यौंदा दिता कि कल तुसां मेरे तंबू विच आके मेरे कोलों प्रशादा छकना है, मैं सेवा करनी है। दे के न्यौंदा आया वापस, इन्हें रस्तां बस्तां खरीदियां है, सब्जियां भाजियां खरीदियां प्यार दे नाल। मन विच हुण चाह आ, तसली आ कि अरदास परवान चढ़ जाएगी। इन्हें खरीद के रस्तां बस्तां रखियां ने, अमृत वेले गुरु के सिखां दी सेवा करनी आ। छामा पईआं जल पाणी छकिया परिवार ने और रहिराज साहब जी का पाठ किया है, नितनेम करके इन्होंने आसन लाए ने, बराजे ने। रात बीती, अमृत वेला होया, उठिया परिवार, नितनेम किए गए, तैयारी ब्यारी की गई। उस तो बाद खुशी खुशी चाई चाई नाल बाणी पढ़ते ने, नाल सब्जियां ते दालां तैयार कर रहे ने। सब्जियां ते दालां तैयार हो गई, लोत पा दिती गई। भाई लाल सिंह गुरु के सिखां वल गया, जाके निम्रता दे नाल हथ जोड़ के बेनती की, आओ गुरु के सिखो, मेरे तंबू विच आके प्रशादा छको। प्रशादा तैयार है, लै के आया गुरु के सिखां नूं। ਉਹ ਗੁਰਮੁਖ ਪਿਆਰੇ ਪੰਗਤਾਂ ਲਾ ਕੇ ਬੈਠੇ ਹੋਏ ਨੇ, ਧਵਾਏ ਗਏ ਉਹਨਾਂ ਦੇ ਹੱਥ ਪਿਆਰ ਸਤਿਕਾਰ ਦੇ ਨਾਲ, ਲਾ ਕੇ ਕਮਰ ਕੱਸਾ ਭਾਈ ਲਾਲ ਸਿੰਘ ਗੁਰੂ ਕੇ ਸਿੱਖਾਂ ਦੀ ਜਿਵੇਂ ਸੇਵਾ ਕਮਾਉਂਦਾ ਹੈ, ਜਿਵੇਂ ਪ੍ਰਸ਼ਾਦਾ ਛਕਾਉਂਦਾ ਹੈ ਅਰਦਾਸ ਕਰਵਾਉਣ ਵਾਸਤੇ। ਉਸ ਵੇਲੇ ਦੇ ਸੀਨ ਨੂੰ ਮਹਿਤੇ ਵਾਲਿਆਂ ਦਾ ਕਵੀਸ਼ਰ ਜੱਥਾ ਆਪ ਜੀ ਦੀ ਸੇਵਾ ਵਿੱਚ ਹੇ ਐਂਓ ਬਿਨੈ ਕਰ ਰਿਹਾ ਜੀ। ਅਗਲਾ ਜਾਂ ਦਿਨ ਚੜਿਆ ਸਵੇਰ ਦਾ ਮਸਮ ਕੀ ਰਾਤ ਆ, ਤਾਰਿਆਂ ਦੀ ਛਾਵੇਂ ਵਕਤ ਮਨੇਰ ਦਾ ਹੋਈ ਪ੍ਰਭਾਤ ਆ। ਬੇਨਤੀ ਕਰੀ ਸੀ ਬੜੇ ਨਾਲ ਪਿਆਰ ਦੇ ਸਿੰਘ ਘਰੇ ਆਉਣ ਜੀ, ਲੱਗਾ ਲਾਲ ਸਿੰਘ ਨਾਲ ਸਤਿਕਾਰ ਦੇ ਸੇਵਾ ਨੂੰ ਕਮਾਉਣ ਜੀ। ਅਗਲਾ ਜਾਂ ਦਿਨ ਚੜਿਆ ਸਵੇਰ ਦਾ ਮਸਮ ਕੀ ਰਾਤ ਆ, ਤਾਰਿਆਂ ਦੀ ਛਾਵੇਂ ਵਕਤ ਮਨੇਰ ਦਾ ਹੋਈ ਪ੍ਰਭਾਤ ਆ। ਬੇਨਤੀ ਕਰੀ ਸੀ ਬੜੇ ਨਾਲ ਪਿਆਰ ਦੇ ਸਿੰਘ ਘਰੇ ਆਉਣ ਜੀ, ਲੱਗਾ ਲਾਲ ਸਿੰਘ ਨਾਲ ਸਤਿਕਾਰ ਦੇ ਸੇਵਾ ਨੂੰ ਕਮਾਉਣ ਜੀ। ਆਪ ਹੱਥ ਕੱਢਿਆ ਖੂਹ ਚੋਂ ਜਲ ਜੀ, ਆਪ ਹੱਥ ਕੱਢਿਆ ਖੂਹ ਚੋਂ ਜਲ ਜੀ, ਗੁਰੂ ਕੇ ਪਿਆਰੇ ਨੇ, ਗੁਰੂ ਕੇ ਪਿਆਰੇ ਨੇ, ਰੱਜ ਕੇ ਤੇ ਨਾਤਾ ਉਹਨੇ ਮਾਲ ਮਾਲਿਆ, ਵੱਜ ਗਏ ਨਜ਼ਾਰੇ ਨੇ। ਸਿੱਖ ਨੇ ਗੁਰਾਂ ਨੂੰ ਦਿਲ ਚੋਂ ਚਤਾਰ ਦੇ ਨਾਇਓ ਲਾਮੇ ਲਾਉਣ ਜੀ, ਲੱਗਾ ਲਾਲ ਸਿੰਘ ਨਾਲ ਸਤਿਕਾਰ ਦੇ ਸੇਵਾ ਨੂੰ ਕਮਾਉਣ ਜੀ। ਦਾੜੀਆ ਦਿਲ ਵਿੱਚ ਨੇਚਾ ਤਾਰ ਕੇ, ਬੈਠ ਗਿਆ ਦਿਲ ਵਿੱਚ ਨੇਚਾ ਤਾਰ ਕੇ, ਹੱਦ ਮੁੱਕੀ ਪ੍ਰੇਮ ਦੀ ਪੜੀ ਲਾਲ ਸਿੰਘ ਚੌਂਗੜੇ ਨੂੰ ਮਾਰ ਕੇ, ਬਾਣੀ ਨਿਤ ਨੇਮ ਦੀ ਜੀ, ਬਾਣੀ ਨਿਤ ਨੇਮ ਦੀ। ਸਾਰੇ ਹੀ ਮੈਂਬਰ ਰਲ ਪਰਿਵਾਰ ਦੇ, ਸਾਰੇ ਹੀ ਮੈਂਬਰ ਰਲ ਪਰਿਵਾਰ ਦੇ ਬਾਣੀ ਲੱਗੇ ਗਾਉਣ ਜੀ, ਲੱਗਾ ਲਾਲ ਸਿੰਘ ਨਾਲ ਸਤਿਕਾਰ ਦੇ ਸੇਵਾ ਨੂੰ ਕਮਾਉਣ ਜੀ। ਘਰ ਵਾਲੀ ਤਾਹੀ ਤੇ ਸਮੇਤ ਬੱਚੀਆਂ ਤੜ ਕੇ ਉਠਾ ਲਿਆ, ਕਰੀ ਦੇਗ ਤਿਆਰ, ਮਨ ਹੋ ਕੇ ਸੋਚਿਆ ਸੀ ਗੁਰੂ ਨੂੰ ਤਿਆ ਲਿਆ। ਆਲੂ ਗੋਭੀ ਦਾਲੇ ਕਈ ਪ੍ਰਕਾਰ ਦੇ ਲੱਗ ਪੈ ਬਣਾਉਣ ਜੀ, ਲੱਗਾ ਲਾਲ ਸਿੰਘ ਨਾਲ ਸਤਿਕਾਰ ਦੇ ਸੇਵਾ ਨੂੰ ਕਮਾਉਣ ਜੀ। ਆਪ ਉਹਨੇ ਹੱਥੀ ਪਾਦੀਆਂ ਸੀ ਕੱਟੀਆਂ, ਰੱਖ ਪ੍ਰੇਮ ਭਾਵਨਾ, ਰੱਖ ਪ੍ਰੇਮ ਭਾਵਨਾ, ਹੋ ਗਈਆਂ ਤਿਆਰ ਚੀਜ਼ਾਂ ਖੱਟੀਆਂ ਤੇ ਮਿੱਠੀਆਂ, ਪੂਰੀ ਹੋ ਜੂ ਕਾਮਨਾ। ਮੂਲੀਆਂ ਤੇ ਖੀਰੇ ਨਾਲ ਨੀ ਅਚਾਰ ਦੇ ਲੱਗੇ ਵਰਤਾਉਣ ਜੀ, ਲੱਗਾ ਲਾਲ ਸਿੰਘ ਨਾਲ ਸਤਿਕਾਰ ਦੇ ਸੇਵਾ ਨੂੰ ਕਮਾਉਣ ਜੀ। ਵੀ ਬੜੇ ਅਸੀਂ ਪ੍ਰੇਮ ਨਾ ਬਿਠਾਈਆਂ ਪੰਗਤਾਂ, ਬੜੇ ਸੀ ਪ੍ਰੇਮ ਨਾ ਬਿਠਾਈਆਂ ਪੰਗਤਾਂ, ਆਪ ਵਰਤਾਉਂਦਾ ਸੀ। ਧੰਨ ਹੈ ਗੁਰੂ ਕਾ ਸਿੱਖ ਕਹਿਣ ਸੰਗਤਾਂ, ਧੰਨ ਹੈ ਗੁਰੂ ਕਾ ਸਿੱਖ ਕਹਿਣ ਸੰਗਤਾਂ, ਕਿਆ ਆਨੰਦ ਆਉਂਦਾ ਸੀ। ਉਹ ਫੁੱਲ ਕੇ ਗਰਮ ਹੌਲੇ ਹੌਲੇ ਪਾਰ ਦੇ ਜੈਸੇ ਸਿੱਖ ਚਾਉਣ ਜੀ, ਲੱਗਾ ਲਾਲ ਸਿੰਘ ਨਾਲ ਸਤਿਕਾਰ ਦੇ ਸੇਵਾ ਨੂੰ ਕਮਾਉਣ ਜੀ। ਇਹ ਜੀ ਸੇਵਾ ਹੈ ਜੋ ਨਾਲ ਸ਼ਾਰਦਾ ਤੇ ਭਾਵਨਾ,
ਉਹ ਨਜ਼ਾਰਾ ਹੋ ਰਿਹਾ ਜਿਹੜਾ ਡੰਨ ਫਸਿਆ ਫਸਾਇਆ ਪਾਰੇ ਨਾ ਬੱਦਿਆ ਲਾ ਰਿਹਾ ਸੇਵਾ ਪੁਰਵਾਨ ਦਰ ਕੁਰ ਤਾਰ ਦੇ ਸੇਵਾ ਪੁਰਵਾਨ ਦਰ ਕੁਰ ਤਾਰ ਦੇ ਜੇ ਪ੍ਰੇਮ ਨਾ ਛਕਾਉਣ ਜੀ ਲੱਗਾ ਲਾਲ ਸਿੰਘ ਨਾਲ ਸਤਕਾਰ ਦੇ ਸੇਵਾ ਨੂੰ ਕਮਾਉਣ ਜੀ ਉਹ ਸਿੱਖਾਂ ਵਿੱਚ ਆਪ ਨੇ ਗੁਰੂ ਜੀ ਵੱਸਦੇ ਸਿੱਖਾਂ ਵਿੱਚ ਆਪਣੇ ਗੁਰੂ ਜੀ ਵੱਸਦੇ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਮੇਰਾ ਰੂਪ ਖਾਲਸੇ ਨੂੰ ਦੱਸਦੇ ਸਿੱਖ ਮੇਰਾ ਰੂਪ ਖਾਲਸੇ ਨੂੰ ਦੱਸਦੇ ਖਾਲਸੇ ਚ ਰਹਿੰਦੇ ਨੇ ਖਾਲਸੇ ਦੀ ਸੇਵਾ ਗੁਰੂ ਸੇਵਾ ਤਾਰ ਕੇ ਲੱਗਿਆ ਨਭਾਉਣ ਜੀ ਲੱਗਾ ਲਾਲ ਸਿੰਘ ਨਾਲ ਸਤਕਾਰ ਦੇ ਸੇਵਾ ਨੂੰ ਕਮਾਉਣ ਜੀ ਇਹ ਜੀ ਕੀਤੀ ਅਰਦਾਸ ਸਿੱਖਾਂ ਨੇ ਪਿਆਰਿਆਂ ਕੀਤੀ ਅਰਦਾਸ ਗੁਰੂ ਕੇ ਪਿਆਰਿਆਂ ਦੋਵੇਂ ਹੱਥ ਬੰਨ ਕੇ ਕਰੋ ਪਰਵਾਨ ਆਖਿਆ ਸੀ ਸਾਰਿਆਂ ਜੋਦੜੀ ਨੂੰ ਮੰਨ ਕੇ ਜਿੱਤ ਹੋਵੇ ਸਿੱਖ ਦੀ ਨਾ ਕਦੇ ਹਾਰਦੇ ਦਲ ਪੀਰੇ ਗਾਉਣ ਜੀ ਲੱਗਾ ਲਾਲ ਸਿੰਘ ਨਾਲ ਸਤਕਾਰ ਦੇ ਸੇਵਾ ਨੂੰ ਕਮਾਉਣ ਜੀ ਭਾਈ ਲਾਲ ਸਿੰਘ ਗੁਰੂ ਕੇ ਸਿੱਖਾਂ ਦੀ ਸੇਵਾ ਕਰ ਰਿਹਾ ਸੀ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਪ੍ਰਸ਼ਾਦਾ ਛਕਾ ਰਿਹਾ ਸੀ ਗੁਰੂ ਕੇ ਸਿੱਖਾਂ ਨੇ ਛਕਿਆ ਪ੍ਰਸ਼ਾਦਾ ਧਵਾਏ ਗਏ ਹੱਥ ਅਤੇ ਗੁਰੂ ਕੇ ਪਿਆਰਿਆਂ ਨੇ ਆਖਿਆ ਭਾਈ ਲਾਲ ਸਿੰਘਾ ਦੱਸ ਕੀ ਅਰਦਾਸ ਕਰਨੀ ਆ ਭਾਈ ਲਾਲ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੋ ਮੇਰੀ ਰਹਿ ਰਹਿ ਜਾਵੇ ਜਿਹੜੀ ਮੈਂ ਗਲਤੀ ਕੀਤੀ ਆ ਮੇਰੀ ਭੁੱਲ ਮਾਫ਼ ਕਰ ਦੇਣ ਗੁਰੂ ਕੇ ਸਿੱਖਾਂ ਨੇ ਪ੍ਰਸੰਨ ਹੋ ਕੇ ਆਨੰਦ ਹੋ ਕੇ ਛੱਕ ਕੇ ਪ੍ਰਸ਼ਾਦਾ ਅਰਦਾਸ ਕੀਤੀ ਆ ਸੱਚੇ ਪਾਤਸ਼ਾਹ ਆਪਣੇ ਸਿੱਖ ਦੀ ਪੈਜ ਰੱਖਿਓ ਇਹਦੀ ਪੱਤ ਰੱਖਿਓ ਆਪਦੇ ਚਰਨਾਂ ਦੇ ਨਾਲ ਬਣੇ ਆਵੇ ਪਿਆਰ ਬਖਸ਼ਿਸ਼ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਕੇ ਸਿੱਖ ਅਰਦਾਸ ਕਰਕੇ ਆ ਗਏ ਹੁਣ ਉੱਧਰ ਸਮਾਂ ਹੁੰਦਾ ਜਾਂਦਾ ਹੈ ਭਾਈ ਲਾਲ ਸਿੰਘ ਦੀ ਢਾਲ ਦੀ ਪਰਖ ਦਾ ਸੰਗਤਾਂ ਜੁੜ ਗਈਆਂ ਕਿ ਅੱਜ ਭਾਈ ਲਾਲ ਸਿੰਘ ਦੀ ਢਾਲ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਮਾਰ ਕੇ ਪਰਖਣੀ ਆ ਜੁੜੀਆਂ ਨੇ ਸੰਗਤਾਂ ਉਸ ਜਗ੍ਹਾ ਜਿੱਥੇ ਸ਼ਹੀਦ ਬਾਗ ਜਿਸ ਸਥਾਨ ਨੂੰ ਆਖਿਆ ਜਾਂਦਾ ਹੈ ਜਿਸ ਸਥਾਨ ਦੀ ਸੇਵਾ ਸੰਤ ਬਾਬਾ ਗੁਰਦੇਵ ਸਿੰਘ ਸਾਹਿਬ ਜੀ ਤਰਨਾ ਦਲ ਵਾਲੇ ਕਰਵਾ ਰਹੇ ਨੇ ਉੱਥੋਂ ਦੇ ਉਹ ਜਥੇਦਾਰ ਨੇ ਔਰ ਉੱਥੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਅਲੀਸ਼ਾਨ ਉਹ ਤਿਆਰ ਕਰਵਾ ਰਹੇ ਨੇ ਉੱਥੇ ਇੱਕ ਪੁਰਾਤਨ ਬੋਰਡ ਹੈ ਉਹਦੇ ਥੱਲੇ ਸੰਗਤਾਂ ਜੁੜੀਆਂ ਹੋਈਆਂ ਨੇ ਭਾਈ ਲਾਲ ਸਿੰਘ ਆਪਣੀ ਢਾਲ ਨੂੰ ਲੈ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਕਰਦਾ ਆ ਰਿਹਾ ਹੈ ਇੱਧਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਦੇ ਨਾਲ ਆ ਪਹੁੰਚੇ ਨੇ ਜਦੋਂ ਲਾਲ ਸਿੰਘ ਢਾਲ ਲੈ ਕੇ ਆ ਗਿਆ ਸਤਿਗੁਰੂ ਕਹਿਣ ਲੱਗੇ ਆਲਮ ਸਿੰਘਾ ਜਾਂ ਵਧੀਆ ਬੰਦੂਕ ਲੈ ਕੇ ਆ ਇਸ ਢਾਲ ਵਿੱਚ ਨਿਸ਼ਾਨਾ ਮਾਰ ਕੇ ਵੇਖੀਏ ਗੋਲੀ ਪਾਰ ਲੰਘਦੀ ਕੇ ਆ ਰਹਿ ਜਾਂਦੀ ਆ ਮਹਾਰਾਜ ਦਾ ਨਿਸ਼ਾਨਚੀ ਭਾਈ ਆਲਮ ਸਿੰਘ ਜੀ ਇਹ ਬੰਦੂਕ ਲੈਣ ਵਾਸਤੇ ਗਿਆ ਹੈ ਵਧੀਆ ਬੰਦੂਕ ਲੈ ਕੇ ਆਇਆ ਸਤਿਗੁਰਾਂ ਆਖਿਆ ਆਲਮ ਸਿੰਘਾ ਇਸ ਢਾਲ ਵਿੱਚ ਨਿਸ਼ਾਨਾ ਤੂੰ ਮਾਰਨਾ ਆ ਉਸ ਢਾਲ ਨੂੰ ਬੋਰਡ ਦੇ ਨਾਲ ਲਟਕਾ ਦਿੱਤਾ ਗਿਆ ਸਰਦਾਰ ਆਲਮ ਸਿੰਘ ਆਪਣੇ ਹੱਥਾਂ ਵਿੱਚ ਬੰਦੂਕ ਲੈ ਕੇ ਲੱਗਾ ਇਹ ਢਾਲ 'ਤੇ ਨਿਸ਼ਾਨਾ ਲਾਉਣ ਇੱਕ ਨਿਸ਼ਾਨਾ ਲਾਇਆ ਖਾਲੀ ਚਲਾ ਗਿਆ ਦੂਸਰੀ ਵਾਰ ਫਿਰ ਸਿਸਤ ਟਿਕਾ ਕੇ ਢਾਲ ਦੀ ਨਿਸ਼ਾਨਾ ਲਾਇਆ ਦੂਜਾ ਵੀ ਖਾਲੀ ਚਲਾ ਗਿਆ ਤੀਜੀ ਵਾਰ ਵੀ ਖਾਲੀ ਚਲਾ ਗਿਆ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਆਲਮ ਸਿੰਘਾ ਨਿਸ਼ਾਨਾ ਲੱਗਦਾ ਕਿਉਂ ਨਹੀਂ ਲਿਆ ਬੰਦੂਕ ਅਸੀਂ ਨਿਸ਼ਾਨਾ ਮਾਰਦੇ ਹਾਂ ਏਡਾ ਨਿਸ਼ਾਨ ਚੀ ਭਾਰਾ ਤੂੰ ਤੇ ਨਿਸ਼ਾਨੇ ਵਾਰ ਤਿੰਨ ਵਾਰ ਖਾਲੀ ਚਲੇ ਗਏ ਨੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਮੁਬਾਰਕ ਹੱਥਾਂ ਵਿੱਚ ਬੰਦੂਕ ਲੈ ਕੇ ਭਾਈ ਲਾਲ ਸਿੰਘ ਦੀ ਢਾਲ ਦੀ ਜਿਵੇਂ ਪਰਖ ਕਰਦੇ ਨੇ ਇਹ ਸਾਰੀ ਕਹਾਣੀ ਗੱਡੀ ਛੰਦ ਵਿੱਚ ਆਪ ਜੀ ਦੀ ਸੇਵਾ ਵਿੱਚ ਮਹਿਤੇ ਵਾਲਿਆਂ ਦਾ ਕਵੀਸ਼ਰ ਜੱਥਾ ਹੇ ਇਉਂ ਕਹਿ ਰਿਹਾ ਜੀ ਜਦੋਂ ਦੇਣੀ ਅਗਲਾ ਸੀ ਚੜਿਆ ਜਦੋਂ ਦੇਣੀ ਅਗਲਾ ਸੀ ਚੜਿਆ ਚੂੜੀਆਂ ਤਮਾਮ ਸੰਗਤਾਂ
ਚੂੜੀਆਂ ਤਮਾਮ ਸੰਗਤਾਂ ਲਾਲ ਸਿੰਘ ਵੀ ਓ ਲਾਲ ਸਿੰਘ ਵੀ ਢਾਲ ਲੈ ਕੇ ਆ ਗਿਆ ਲਾਲ ਸਿੰਘ ਵੀ ਢਾਲ ਲੈ ਕੇ ਆ ਗਿਆ ਹੁਣੀਏ ਪਰਖ ਜਿਸ ਦੀ ਹੁਣੀਏ ਪਰਖ ਜਿਸ ਦੀ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਵੀ ਰਫਲ ਮੰਗਾ ਲਈ ਗੁਰੂ ਸਾਹਿਬ ਨੇ ਵੀ ਰਫਲ ਮੰਗਾ ਲਈ ਤੇ ਜਿਸ ਨਾ ਨਿਸ਼ਾਨਾ ਮਾਰਨਾ ਜਿਸ ਨਾ ਨਿਸ਼ਾਨਾ ਮਾਰਨਾ ਜਿਸ ਨਾ ਨਿਸ਼ਾਨਾ ਮਾਰਨਾ ਆਲਮ ਸਿੰਘ ਜੋ ਆਲਮ ਸਿੰਘ ਜੋ ਗੁਰਾਂ ਦਾ ਪਿਆਰਾ ਆਲਮ ਸਿੰਘ ਜੋ ਗੁਰਾਂ ਦਾ ਪਿਆਰਾ ਹੋ ਗਿਆ ਹੁਕਮ ਉਸ ਨੂੰ ਹੋ ਗਿਆ ਹੁਕਮ ਉਸ ਨੂੰ ਉੱਤੇ ਢਾਲ ਦੇ ਉੱਤੇ ਢਾਲ ਦੇ ਨਿਸ਼ਾਨਾ ਲਾਓ ਢਾਲ ਦੇ ਨਿਸ਼ਾਨਾ ਲਾਓ ਉੱਤੇ ਢਾਲ ਦੇ ਨਿਸ਼ਾਨਾ ਲਾਓ ਕਰੀ ਸੀ ਤਿਆਰੀ ਸਿੰਘ ਨੇ ਕਰੀ ਸੀ ਤਿਆਰੀ ਸਿੰਘ ਨੇ ਲਾਲ ਸਿੰਘ ਵੀ ਲਾਲ ਸਿੰਘ ਵੀ ਖੜਾ ਹੱਥ ਜੋੜ ਕੇ ਲਾਲ ਸਿੰਘ ਵੀ ਖੜਾ ਹੱਥ ਜੋੜ ਕੇ ਦਿਲ ਵਿੱਚ ਕਰੇ ਜੋਦੜੀ ਦਿਲ ਵਿੱਚ ਕਰੇ ਜੋਦੜੀ ਲਾਜ ਰੱਖ ਲੀ ਦਿਲ ਵਿੱਚ ਕਰੇ ਜੋਦੜੀ ਦਿਲ ਵਿੱਚ ਕਰੇ ਜੋਦੜੀ ਲਾਜ ਰੱਖ ਲਈ ਲਾਜ ਰੱਖ ਲਈ ਪਾਤਸ਼ਾਹ ਮੇਰੀ ਲਾਜ ਰੱਖ ਲਈ ਪਾਤਸ਼ਾਹ ਮੇਰੀ ਚਰਨਾਂ ਦੀ ਧੂੜ ਜਾਣ ਕੇ 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 ਬੰਦਾ ਭੁੱਲਦਾ ਬੰਦਾ ਭੁੱਲਦਾ ਹਮੇਸ਼ਾ ਆਇਆ ਬੰਦਾ ਭੁੱਲਦਾ ਹਮੇਸ਼ਾ ਆਇਆ ਲੈਣਾ ਤੂੰ ਬਖਸ਼ ਪਾਤਸ਼ਾਹ ਲੈਣਾ ਤੂੰ ਬਖਸ਼ ਪਾਤਸ਼ਾਹ ਜਿਵੇਂ ਲੱਜਿਆ ਜਿਵੇਂ ਲੱਜਿਆ ਦਰੋਪਤੀ ਦੀ ਰੱਖ ਲਈ ਲੱਜਿਆ ਦਰੋਪਤੀ ਦੀ ਰੱਖ ਲਈ ਜੀ ਜਿਵੇਂ ਲੱਜਿਆ ਦਰੋਪਤੀ ਦੀ ਰੱਖ ਲਈ ਉਵੇਂ ਮੇਰੀ ਲਾਜ ਰੱਖ ਲਈ ਉਵੇਂ ਮੇਰੀ ਲਾਜ ਰੱਖ ਲਈ ਉਵੇਂ ਮੇਰੀ ਲਾਜ ਰੱਖ ਲਈ ਆਓ ਵੇਖੀਏ ਆਓ ਵੇਖੀਏ ਫੇਰ ਕੀ ਹੋਇਆ ਆਓ ਵੇਖੀਏ ਫੇਰ ਕੀ ਹੋਇਆ ਤਿੰਨ ਵਾਰ ਕੀਤੇ ਟਾਲ ਤੇ ਤਿੰਨ ਵਾਰ ਕੀਤੇ ਟਾਲ ਤੇ ਪਾਰੇ ਇੱਕ ਵੀ ਪਾਰੀ ਇੱਕ ਵੀ ਨਿਸ਼ਾਨਾ ਨਹੀਂ ਲੱਗਿਆ ਪਾਰੀ ਇੱਕ ਵੀ ਨਿਸ਼ਾਨਾ ਨਹੀਂ ਲੱਗਿਆ ਹੋ ਗਿਆ ਹੈਰਾਨ ਸੰਗਤਾਂ ਹੋ ਗਿਆ ਹੈਰਾਨ ਸੰਗਤਾਂ ਗੁਰੂ ਸਾਹਿਬ ਨੇ ਹੋ ਗਿਆ ਹੈਰਾਨ ਸੰਗਤਾਂ ਹੋ ਗਿਆ ਹੈਰਾਨ ਸੰਗਤਾਂ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਰਫਲ ਹੱਥ ਫੜ ਲਈ ਸਾਹਿਬ ਨੇ ਰਫਲ ਹੱਥ ਫੜ ਲਈ ਗੁਰੂ ਸਾਹਿਬ ਨੇ ਰਫਲ ਹੱਥ ਫੜ ਲਈ ਆਪਸੀ ਨਿਸ਼ਾਨਾ ਲਾਉਣ ਨੂੰ ਆਪਸੀ ਨਿਸ਼ਾਨਾ ਲਾਉਣ ਨੂੰ ਕਹਿੰਦੇ ਵੇਖੀਏ ਕਹਿੰਦੇ ਵੇਖੀਏ ਨਿਸ਼ਾਨਾ ਕਿਉਂ ਨੀ ਲੱਗਦਾ ਕਹਿੰਦੇ ਵੇਖੀਏ ਨਿਸ਼ਾਨਾ ਕਿਉਂ ਨੀ ਲੱਗਦਾ ਅਸਲੀ ਟਿਕਾਣੇ ਤੇ ਅਸਲੀ ਟਿਕਾਣੇ ਤੇ ਸਾਡਾ ਸਿੱਖ ਸੀ ਸਾਡਾ ਸਿੱਖ ਸੀ ਨਿਸ਼ਾਨ ਚੀ ਪਾਰਾ ਸਿੱਖ ਸੀ ਨਿਸ਼ਾਨ ਚੀ ਪਾਰਾ ਸਾਡਾ ਸਿੱਖ ਸੀ ਨਿਸ਼ਾਨ ਚੀ ਪਾਰਾ ਕਦੇ ਨਾ ਨਿਸ਼ਾਨਾ ਉੱਕਿਆ ਕਦੇ ਨਾ ਨਿਸ਼ਾਨਾ ਉੱਕਿਆ ਜਦੋਂ ਗੁਰਾਂ ਨੇ ਜਦੋਂ ਗੁਰਾਂ ਨੇ ਨਜ਼ਰ ਮਾਰੀ ਢਾਲ ਤੇ ਜਦੋਂ ਗੁਰਾਂ ਨੇ ਨਜ਼ਰ ਮਾਰੀ ਢਾਲ ਤੇ ਢਾਲ ਉੱਤੇ ਕੀ ਨੇ ਵੇਖਦੇ ਗੁਰੂ ਢਾਲ ਉੱਤੇ ਕੀ ਨੇ ਵੇਖਦੇ ਤੇ ਜਿਹਦੇ ਨਾ ਪਹਾੜ ਰੁਕਿਆ
ਪਹਾੜ ਰੁਕਿਆ ਟਾਲੀ ਉੱਤੇ ਕੀਨੇ ਵੇਖਦੇ ਟਾਲੀ ਉੱਤੇ ਕੀਨੇ ਵੇਖਦੇ ਪੰਜਾ ਗੁਰੂ ਜੀ ਓ ਪੰਜਾ ਗੁਰੂ ਨਾਨਕ ਦਾ ਲੱਗਿਆ ਗੁਰੂ ਨਾਨਕ ਦਾ ਲੱਗਿਆ ਜੀ ਪੰਜਾ ਗੁਰੂ ਨਾਨਕ ਦਾ ਲੱਗਿਆ ਜਿਹਦੇ ਨਾਲ ਪਹਾੜ ਰੁਕਿਆ ਜਿਹਦੇ ਨਾਲ ਪਹਾੜ ਰੁਕਿਆ ਜਿਹਦੇ ਨਾਲ ਪਹਾੜ ਰੁਕਿਆ ਜਿਹਦੇ ਨਾਲ ਪਹਾੜ ਰੁਕਿਆ ਇੰਨੀ ਵਿੱਚ ਬਈ ਇੰਨੀ ਵਿੱਚ ਅਰਦਾਸ ਦੇ ਸ਼ਕਤੀ ਇੰਨੀ ਵਿੱਚ ਅਰਦਾਸ ਦੇ ਸ਼ਕਤੀ ਜੋ ਵੀ ਰੱਖ ਨੇਤਾ ਪਾਵਨਾ ਕਰਦੇ ਬੇੜੇ ਨੇ ਪ੍ਰੇਮੀਆਂ ਦੇ ਸਦਾ ਤਰਦੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਆਪਣੇ ਮੁਬਾਰਕ ਹੱਥਾਂ ਵਿੱਚ ਰਾਈਫਲ ਲੈਂਦੇ ਨੇ ਉਸ ਢਾਲ ਦੀ ਸਿਰ ਟਕਾਉਂਦੇ ਨੇ ਔਰ ਵੇਖਿਆ ਕੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੰਜਾ ਨਜ਼ਰ ਆਇਆ ਢਾਲ ਵਿੱਚ ਬੰਦੂਕ ਰੱਖ ਦਿੱਤੀ ਭਾਈ ਲਾਲ ਸਿੰਘ ਨੂੰ ਛਾਤੀ ਨਾਲ ਲਾ ਲਿਆ ਆਖਿਆ ਲਾਲ ਸਿੰਘਾ ਤੂੰ ਸਿੱਖੀ ਨੂੰ ਜਾਣ ਲਿਆ ਹੈ ਸਤਸੰਗ ਜੀ ਅਰਦਾਸ ਵਿੱਚ ਏਡੀ ਸ਼ਕਤੀ ਹੈ ਏਡਾ ਬਲ ਹੈ ਗੁਰੂ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਬਿਰਥੀ ਕਦੇ ਨਾ ਹੋਵਈ ਜਾਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਇਹ ਸੀ ਪ੍ਰਸੰਗ ਭਾਈ ਲਾਲ ਸਿੰਘ ਦੀ ਢਾਲ ਦੀ ਪਰਖ ਪੇਸ਼ ਕਰ ਰਹੇ ਸਨ ਮਹਿਤੇ ਵਾਲੇ ਕਵੀਸ਼ਰ ਕੇਵਲ ਸਿੰਘ ਮਹਿਤਾ ਨਾਲ ਦੇ ਸਾਥੀ ਰਣਜੀਤ ਸਿੰਘ ਮੱਖਣਵਿੰਡੀ ਭਾਈ ਰਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਦਦੇਰ ਸਾਹਿਬ ਵਾਲੇ ਸਕੇ ਭਾਈ ਸਾਡਾ ਮੋਬਾਇਲ 98154573 'ਤੇ ਜਦੋਂ ਯਾਦ ਕਰੋਗੇ ਹਾਜ਼ਰ ਹੋਵਾਂਗੇ ਭੁੱਲਾਂ ਦੀ ਖਿਮਾ ਆਗਿਆ ਦਿਓ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।